ਨਿਧੀ ਦੀ ਮੇਰੀ ਗੱਲ ਸੁਣ, ਐਤਕੀ ਤਨਖਾਹ ਵਧਾ ਦੀ, 2 ਤਰੀਕ ਆ ਗਈ ਤੇ ਹੋਲੀਆਂ ਤੇ ਵਧਾਉਣੀ ਹੁੰਦੀ ਆ, ਤੇ ਮੇਰੀ ਗੱਲ ਸੁਣ, ਪਰਸੋਂ ਤੇ ਭਲਕੇ ਨੂੰ ਸੋਹਣੀਆਂ ਮੈਨੂੰ ਛੁੱਟੀ ਚਾਹੀਦੀ ਆ, ਮੈਂ ਜਾਣਾ ਪੇਕੇ ਮੇਰੇ ਖੰਡ ਪਾਠ ਧਰਾਇਆ। ਤੁਹਾਡੀਆਂ ਛੁੱਟੀਆਂ ਨੀ ਮੁੱਕਦੀਆਂ, ਮਹੀਨੇ ਵਿੱਚ 15 ਦਿਨ ਤੇ ਤੂੰ ਘਰ ਆਉਣੀ ਕੰਮ ਕਰਨ ਤੇ 15 ਦਿਨ ਤੂੰ ਛੁੱਟੀਆਂ ਲੈਣੀ ਆ। ਹਾਏ ਹਾਏ, ਨੀ ਹੋਰ ਵੀ ਬਥੇਰੇ ਕੰਮ ਹੁੰਦੇ ਆ, ਤੇ ਮਾਣ ਵੀ ਹੈਗਾ ਮੇਰੇ ਪੋਤਰੇ ਦਾ, ਤੇ ਮਾਣ ਦੇ ਵੀ ਜਾਣਾ। ਬੜੇ ਬਹਾਨੇ ਤੁਹਾਨੂੰ, ਬਹਾਨੇ ਨੀ ਹੈਗੇ ਅੰਬੜੇ, ਸੱਚੀ ਜਾਣਾ ਨੀ ਅੜੀਏ। ਮੇਰੀ ਗੱਲ ਸੁਣ, ਤੇ ਤਨਖਾਹ ਵਧਾ ਦੀ ਯਾਰ ਕੀ? ਨਹੀਂ ਮੈਂ ਕਾਹਦੀ ਤਨਖਾਹ ਵਧਾਵਾਂ, ਜਗ੍ਹਾ ਵੱਧ ਗਈ ਆ। ਲੈ ਦੱਸ, ਜਗ੍ਹਾ ਨੀ ਵੱਧ ਗਈ ਤੇ ਤੈਨੂੰ ਸਾਰੇ ਮਹੱਲੇ ਸੜਕ ਤੀਕ ਤੇ ਪੱਠੇ ਤੀਕ ਦੀਆਂ, ਔਰ ਰੇਲਵੇ ਲੈਣਾ ਤੀਕ ਦੀਆਂ ਰਿਪੋਰਟਾਂ ਤੈਨੂੰ ਆਣ ਕੇ ਦਿੰਨੀ ਆ, ਨਾਲੇ ਤੇਰਾ ਕੰਮ ਕਰਦੀ ਆ, ਨਾਲੇ ਤੈਨੂੰ ਤੇ ਮਫਤ ਕਰਦੀ ਆ, ਤੇ ਕੀ ਗੱਲ ਤੂੰ ਤਨਖਾਹ ਨੀ ਵਧਾ ਸਕਦੀ ਮੇਰੀ? ਬੋਲਦੀ ਨੀ ਹੁਣ, ਪੂੰਦੀ ਨੀ ਆ। ਮੇਰੀ ਗੱਲ ਸੁਣ, ਪੇਕੇ ਤੇਰੇ ਡੇ ਰੱਜੇ ਪੁੱਜੇ, ਸੋਹਰੇ ਤੇਰੇ ਰੱਜੇ ਪੁੱਜੇ, ਹੈ ਹਰ ਚੀਜ਼ ਮੈਨੂੰ ਲਿਆ ਕੇ ਦੇਣੀ, ਦਿਵਾਲੀਆਂ ਤੇਰੇ ਘਰੋਂ ਖੜਦੀ ਤੇ ਦੁਸਹਿਰੇ ਤੇਰੇ ਘਰੋਂ ਖੜਦੀ, ਤੇ ਤਨਖਾਹ ਕਿਉਂ ਨਾ ਵਧਾਵਾੜੀਏ? ਤਨਖਾਹ ਤੇ ਵਧਾਵਾਂਗੀ ਤੂੰ, ਐਡਾ ਤੇਰਾ ਦਿਲ ਆਪਦੇ ਘਰ ਤੂੰ ਰਾਣੀ ਆ, ਹੈ ਜਾਣ ਕੇ ਕਿਚ ਕਿਚ ਕਰਦੀ, ਕਲੇਸ਼ ਨੀ ਘਰ ਤੋਂ ਚੰਗਾ ਹੁੰਦਾ, ਮੱਖਣ ਨਾ ਲਾ, ਕਲੇਸ਼ ਨੀ ਚੰਗਾ ਹੁੰਦਾ, ਕਲੇਸ਼ ਪੁਣਾ ਨੀ ਪਾਈਦਾ, ਪਰ ਸਦੇ ਆਹੀ ਆਹੋ ਤੇ ਕੀ ਨਾਲ ਤੇ ਭਾਜੀ ਨੂੰ ਗੱਲਾਂ ਆਉਂਦੀਆਂ ਤੈਨੂੰ, ਆ ਭਾਜੀ ਨੂੰ ਮਨਾਵੇਂ ਆ ਕਿ ਭਾਜੀ ਮੇਰੇ ਕੋ ਨਹੀਂ ਮੰਨਦਾ, ਮੈਂ ਬਣਾ ਲੂੰਗੀ ਬਰਾਬੇ ਭਾਜੀ ਨੂੰ। ਆਹੋ ਤੂੰ ਕਿਵੇਂ ਬਣਾ ਲੈਂਦੀ? ਮੈਨੂੰ ਬਣਾਉਣਾ ਆਉਂਦਾ, ਮੈਂ ਹਮੇਸ਼ਾ ਬਣਾਉਂਦੀ ਰਹੀ ਭਾਜੀ ਨੂੰ, ਆਹ ਵਾਸਤਾ ਤਨਖਾਹ ਵਾਸਤੇ ਬਥੇਰੀ ਤੇ ਮੁਫਤ ਕਰਦਾ ਮੈਨੂੰ, ਤੇ ਨਿਆਣੇ ਨਿੱਕੇ ਨਿੱਕੇ ਪਾਲੇ, ਜਵਾਨ ਸਦੋਂ ਤੇ ਮੈਂ ਆਉਂਦੀ ਹੁੰਦੀ ਤੇ ਮੈਨੂੰ ਵੀ ਵਾਵਾ